ਸਤਿ ਸ੍ਰੀ ਅਕਾਲ ਫਰੈਂਡ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਿਸਟਰੀ ਦੇ ਲੈਕਚਰ ਨੰਬਰ 2 ਵਿੱਚ ਪਾਰਟ 2 ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਹ ਜਿਹੜਾ ਪਾਰਟ ਆ ਇਹ ਤੁਹਾਡੇ ਲਈ ਮੋਸਟ ਇੰਪੋਰਟੈਂਟ ਹੋਣ ਵਾਲਾ ਕਿਉਂਕਿ ਪਾਰਟ ਇੱਕ ਮੈਂ ਪਹਿਲਾਂ ਹੀ ਬਣਾ ਚੁੱਕਿਆ ਹਾਂ ਜੇਕਰ ਤੁਸੀਂ ਉਹ ਨਹੀਂ ਦੇਖਿਆ ਤਾਂ ਜਰੂਰ ਜਾ ਕੇ ਦੇਖੋ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲੇਗਾ ਤੇ ਵੀਡੀਓਜ਼ ਵਿੱਚ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ ਇਹ ਪਾਰਟ ਦੇ ਵਿੱਚ ਆਪਾਂ ਟਾਪ MCQਸ ਕਰਾਂਗੇ ਪੰਜਾਬ ਆਲ ਲੈਵਲ ਇਗਜ਼ਾਮ ਈਟੀਟੀ ਸੈਕੰਡ ਪੇਪਰ ਐਂਡ ਅਦਰ ਜਿਹੜੇ ਇਗਜ਼ਾਮ ਹੁੰਦੇ ਨੇ ਉਹਨਾਂ ਦੇ ਲਈ ਬਿਨਾਂ ਕਿਸੇ ਦੇਰ ਤੁਮ ਵੀਡੀਓ ਨੂੰ ਸ਼ੁਰੂ ਕਰਦੇ ਆਂ ਚੈਨਲ ਤੇ ਪਹਿਲੀ ਵਾਰ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰਿਓ ਹੁਣ ਆਪਾਂ ਸ਼ੁਰੂ ਕਰਦੇ ਆਂ ਐਮਸੀਕਿਊਸ ਅਕਬਰ ਕਿਹੜੇ ਵੰਸ਼ ਨਾਲ ਸੰਬੰਧ ਸੀ ਅਕਬਰ ਸਿੰਘਾ ਜਿਹੜਾ ਮੁਗਲ ਵੰਸ਼ ਦੇ ਨਾਲ ਸੰਬੰਧਿਤ ਸੀਗਾ ਜੋ ਕਿ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ ਅਕਬਰ ਦੇ ਪਿਤਾ ਦਾ ਨਾਮ ਕੀ ਸੀ ਹਮਾਇੂ ਅਕਬਰ ਨਾਲ ਸੰਬੰਧਿਤ ਇੰਪੋਰਟੈਂਟ ਪ੍ਰਸ਼ਨ ਵਿੱਚ ਉਹ ਇੱਕ ਪ੍ਰਸ਼ਨ ਦਾ ਜ਼ਰੂਰ ਪੁੱਛਿਆ ਜਾਂਦਾ 8th grade second exam ਦੇ ਵਿੱਚ ਹੁਣ ਤੁਹਾਨੂੰ ਪੁੱਛਿਆ ਵੀ ਹਮਾਇੂ ਦੇ بیٹے ਦਾ ਕੀ ਨਾਮ ਸੀ ਅਕਬਰ ਅਕਬਰ ਦੇ ਪਿਤਾ ਦਾ ਨਾਮ ਕੀ ਸੀ ਹਮਾਇੂ ठीक है बीरबल कौन सी अकबर का चाचा बीरबल कौन सी अकबर का चाचा विश्व के महादीपा की कौल संख्या कि सत विश्व के महादीप कि विश्व का सब तो व्डा समुद्र केड़ा है प्रशांत महासागर प्रशांत महासागर सब तो व्डा कि विश्व का सब छोटा समुद्र है आर्कटिक 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 सागर मरौली का कालम लेख कैस शासना संबंधित है चंद्रगुप्त मौर्या ਠੀਕ ਹੈ ਗੁਪਤ ਕਾਲ ਦੇ ਕਿਸ ਸ਼ਾਸਕ ਨੂੰ ਕਵੀ ਰਾਜ ਕਿਹਾ ਜਾਂਦਾ ਹੈ ਸਮੁੰਦਰ ਗੁਪਤ ਨੂੰ ਸਮੁੰਦਰ ਗੁਪਤ ਆਪਣੇ ਹਮੇਚ ਇੱਕ ਬਹੁਤ ਹੀ ਵੱਡਾ ਕਵੀ ਵਿਦਵਾਨ ਮੰਨਿਆ ਗਿਆ ਇਤਿਹਾਸ ਦੇ ਮੁਤਾਬਕ ਠੀਕ ਹੈ ਹੁਣ ਗੁਪਤ ਕਾਲ ਦੇ ਸ਼ਾਸਕ ਬਹੁਤ ਸਾਰੇ ਹੋਏ ਨੇ ਤੁਹਾਨੂੰ ਪੁੱਛਿਆ ਜੇ ਕਵੀ ਰਾਜ ਕਿਹੜਾ ਤਾਂ ਕਵੀ ਰਾਜ ਜਿਹੜਾ ਸਮੁੰਦਰ ਗੁਪਤ ਚੰਦਰ ਗੁਪਤ ਦੂਜੇ ਨੇ ਵਿਕਰਮ ਅਦਿੱਤਿਆ ਦਾ ਖਿਤਾਬ ਕਦੋਂ ਪ੍ਰਾਪਤ ਕੀਤਾ ਸ਼ਕਤੀਆਂ ਦੀ ਖਾਤਮੇ ਤੇ ਸ਼ਕਤੀਆਂ ਇੱਕ ਰਾਜ ਸੀ ਉਹਨਾਂ ਦੇ ਖਾਤਮੇ ਤੇ ਵਿਕਰਮਾਦਿੱਤਿਆ ਠੀਕ ਹੈ ਚੰਦਰਗੁਪਤ ਨੂੰ ਵਿਕਰਮਾਦਿੱਤਿਆ ਵੀ ਕਿਹਾ ਜਾਂਦਾ ਜੇਕਰ ਤੁਹਾਨੂੰ ਵਿਕਰਮਾਦਿੱਤਿਆ ਦੇ ਨਾਮ ਤੋਂ ਕੁਐਸਚਨ ਪੁੱਛਿਆ ਜਾਵੇ ਤਾਂ ਸ਼ਕਤੀਆਂ ਦੇ ਖਾਤਮੇ ਦੇ ਇਹਦਾ ਰਾਈਟ ਆਨਸਰ ਆ ਸਿੱਧੂ ਕਾਟੀ ਸਭਿਆਤਾ ਦਾ ਦੌਰ ਕੀ ਸੀ 3000 ਤੋਂ 1500 ਬੀਸੀ ਠੀਕ ਹੈ ਪੂਰਵ ਈਸਵੀ ਜਿਹਨੂੰ ਆਪਾਂ ਬੀਸੀ ਕਹਿੰਦੇ ਆ ਪੂਰਵ ਈਸਵੀ ਠੀਕ ਹੈ 3000 ਤੋਂ 1500 ਪੂਰਵ ਇਸਵੀ ਬੀਸੀ ਸਿੱਧ ਘਾਟੀ ਸਭਿਤਾ ਦੇ ਆਰਕੀਟੈਕਟਰ ਕੌਣ ਸਨ ਡਾਕਟਰ ਵਿਡਿਨ ਠੀਕ ਹੈ ਇਹ ਡਾਕਟਰ ਆਇਥੇ ਠੀਕ ਹੈ ਇੱਥੇ ਗਲਤ ਲਿਖਿਆ ਹੋਇਆ ਹੈ ਮੋਹਨਜੋਦੜੋ ਅਤੇ ਹੜੱਪਾ ਹੁਣ ਅੰਦਰ ਹਨ ਪਾਕਿਸਤਾਨ ਦੇ ਮੋਹਨਜੋਦੜੋ ਅਤੇ ਹੜੱਪਾ ਕਿੱਥੇ ਨੇ ਪਾਕਿਸਤਾਨ ਦੇ ਵਿੱਚ ਪਾਈ ਜਾਂਦੇ ਨੇ ਜਿਲੇ ਆਰੀਅਨ ਵਿੱਚ ਰਹਿੰਦਾ ਸੀ ਦੱਖਣੀ ਭਾਰਤ ਆਰੀਅਨ ਸੀਗੇ ਲੋਕ ਜਿਹੜੇ ਕਿੱਥੇ ਰਹਿੰਦੇ ਸੀ ਸਾਊਥ ਇੰਡੀਆ ਦੇ ਵਿੱਚ ਪਟਲੀਪੁੱਤਰ ਦਾ ਆਧੁਨਿਕ ਨਾਮ ਕੀ ਹੈ ਪਟਨਾ ਪਟਲੀਪੁੱਤਰ ਦਾ ਆਧੁਨਿਕ ਨਾਮ ਜਿਹੜਾ ਪਟਨਾ ਗੁਪਤ ਸੋਨੇ ਦੀ ਮੁੰਦਰਾ ਨੂੰ ਕੀ ਕਿਹਾ ਜਾਂਦਾ ਸੀ ਦਿਨਾਰ ਗੋਫਤ ਸਮਰਾਜ ਦੇ ਵਿੱਚ ਸੋਨੇ ਦੀ মুদ্রা ਨੂੰ ਕੀ ਕਿਹਾ ਜਾਂਦਾ ਸੀ ਦਨਾਰ ਜੋ ਕਿ ਹੁਣ ਮਲੇਸ਼ੀਆ ਤੇ ਬਾਕੀ ਕੰਟਰੀਆਂ ਦੇ ਵਿੱਚ ਜਿਹੜੇ ਪੈਸੇ ਦੇ ਨਾਂ ਤੋਂ ਜਾਣੇ ਜਾਂਦੇ ਨੇ ਦਨਾਰ ਰਿਗਵੇਦਿਕ ਅਵਧੀ ਵਿੱਚ ਕਿਸ ਨੂੰ ਆਦਾਨ ਪ੍ਰਦਾਨ ਦੇ ਮਾਧਿਅਮ ਵਜੋਂ ਵਰਤਿਆ ਜਾਂਦਾ ਸੀ ਇਹਦਾ ਰਾਈਟ ਆਨਸਰ ਇੱਥੇ ਨਹੀਂ ਲਿਖਿਆ ਹੋਇਆ ਮੈਨੂੰ ਮਾਫ਼ ਕਰੋ ਮੈਂ ਇਹਦਾ ਰਾਈਟ ਆਨਸਰ ਨੈਕਸਟ ਵੀਡੀਓ 'ਚ ਤੁਹਾਨੂੰ ਦੱਸ ਦੇਵਾਂਗਾ ਕਿਉਂਕਿ ਇੱਥੇ ਆਪਸ਼ਨ ਗ ਲਿਖੀ ਹੋਈ ਹੈ ਠੀਕ ਹੈ ਆਧੁਨਿਕ ਪਟਨਾ ਦੇ ਸ਼ਹਿਰ ਦੁਆਰਾ ਸਥਾਪਿਤ ਕੀਤਾ ਗਿਆ ਸੀ ਅਜ ਸ਼ਾਸਤਰ ਪਾਣੀਪੱਦਾ ਆਧੁਨਿਕ ਨਾਮ ਕੁਰੂਖੇਤਰ ਪਾਣੀਪੱਦਾ ਆਧੁਨਿਕ ਨਾਮ ਕੀਆ ਕੁਰੂਖੇਤਰ ਆਰੀਆ ਸ਼ਬਦ ਦਾ ਅਸਲ ਅਰਥ ਕੀ ਹੈ ਉੱਤਮ ਜਮਹਾਨ ਜੇਕਰ ਤੁਹਾਨੂੰ ਆਰੀਆ ਸ਼ਬਦ ਦਾ ਅਸਲ ਅਰਥ ਪੁੱਛਿਆ ਜਾਵੇ ਤਾਂ ਇਹਦਾ ਰਾਈਟ ਆਨਸਰ ਉੱਤਮ ਜਮਹਾਨ ਹੋਗਾ पहले आज़ादी लिए संघर्ष करे नेता कैसपेचीना संतन डॉक्टर करी कला जितना चंकी तरह दर्शाया गया है पटीन पल दो महान मुगलों ने अपनी यादा लिखिया बाबर जहांगीर ਸਾਰਨਾਥ ਵਿੱਚ ਸ਼ੇਰ ਦੀ ਰਾਜस्तानी ਕਿਸ ਰਾਜ ਨਾਲ ਸੰਬੰਧਤ ਅਸ਼ੋਕਾ ਜੇਕਰ ਤੁਹਾਨੂੰ ਪੁੱਛਿਆ ਜਾਵੇ ਸਾਰਨਾਥ ਵਿਖੇ ਸ਼ੇਰ ਦੀ ਰਾਜस्तानी ਕਿਸ ਰਾਜ ਨਾਲ ਸੰਬੰਧਤ ਸੀ ਇਹਦਾ ਰਾਈਟ ਆਨਸਰ ਅਸ਼ੋਕਾ ਸਪਿਨਿੰਗ ਵੀਲ ਚਰਖਾ ਦੀ ਵਰਤੋਂ ਦੇ ਦੌਰਾਨ ਡੈਸ਼ ਇਸਵੀ 14ਵੀਂ ਸਦੀ ਦੇ ਵਿੱਚ ਗੌਤਮ ਬੁੱਧ ਦੇ ਭਾਸ਼ਣ ਦੀ ਪ੍ਰਭਾਸ਼ਾ ਭਾਸ਼ਾ ਸੀ ਪਾਲੀ ਪਾਲੀ ਭਾਸ਼ਾ ਦੇ ਵਿੱਚ ਗੌਤਮ ਬੁੱਧ ਨੇ ਭਾਸ਼ਣ ਦਿੱਤਾ ਸੀ ਤੇ ਉਹਨਾਂ ਨੂੰ ਹੀ ਮਾਨਤਾ ਮਿਲੀ ਸੀ ਗਪਤਾ ਤੋਂ ਬਾਅਦ ਦੇ ਸਮੇਂ ਦੌਰਾਨ ਜ਼ਮੀਨ ਦੀ ਆਤਮ ਮਾਲਕੀਤੀ ਸੀ ਮਹਾਰਾਜਾ ਸੰਸਾਰ ਦੇ ਕੁੱਲ ਖੇਤਰਫਲ ਦਾ ਕਿੰਨੇ ਪ੍ਰਸ਼ਤ ਭਾਗ ਭਾਰਤ ਦੇ ਹਿੱਸੇ ਹੁੰਦਾ 2.2% ਦੇਖੋ ਇੰਡੀਆ ਪੂਰੇ ਵਰਡ ਦੇ ਵਿੱਚ 7ਵੇਂ ਨੰਬਰ ਤੇ ਆਉਂਦਾ ਜਿਹੜਾ ਵੱਡਾ ਦੇਸ਼ ਆ ਠੀਕ ਹੈ ਪਹਿਲੇ ਦੇ ਉੱਤੇ ਰਸ਼ੀਆ ਆਉਂਦਾ ਤੇ ਉਸ ਤੋਂ ਬਾਅਦ ਫਿਰ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਅਦਰ ਕੰਟਰੀਜ਼ ਆਉਂਦੀਆਂ ਆਉਂਦੀਆਂ ਨੇ ਜਿਹੜੇ 7ਵੇਂ ਨੰਬਰ ਤੇ ਭਾਰਤ ਇੰਡੀਆ ਆਉਂਦਾ ਆਪਣਾ ਫਿਰ ਵੀ ਹੋਇਆ ਸਿਰਫ 2.2% ਹੀ ਇੰਡੀਆ ਕੋਲ ਹੈ ਤੁਸੀਂ ਮੰਨ ਸਕਦੇ ਹੋ ਕਿ ਧਾਰਤੀ ਕਿੰਨੀ ਜ਼ਿਆਦਾ ਵੱਡੀ ਹੈ ਖੇਤਰਪਾਲ ਕੋ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਰੂਸ ਜਿਹਨੂੰ ਆਪਾਂ ਰਸ਼ੀਆ ਕਹਿੰਦੇ ਆ ਇੰਗਲਿਸ਼ ਦੇ ਵਿੱਚ ਰੂਸ ਆ ਜਿਹੜਾ ਸਭ ਤੋਂ ਵੱਡਾ ਸ਼ਹਿਰ ਹੈ ਗਲੋਬ ਦੇ ਗਲੋਬ ਤੇ ਭਾਰਤ ਦੇ ਵਿਧਕਾਰਾਂ ਦੀ ਸਥਿਤੀ ਲਿਖੋ ਉੱਤਰੀ ਅਰਧ ਗੋਲਾ 80.4 ਅਕਸ਼ਾਂਸ਼ ਤੋਂ ਲੈ ਕੇ 370.6 ਅਕਸ਼ਾਂਸ਼ ਤੱਕ ਮੋਸਟ ਐਕਸਪੈਕਟਿਡ ਕੁਐਸਚਨ ਆ ਇਹ ਭਾਰਤ ਦੀ ਸਥਿਤੀ ਦੱਸਣੀ ਆਪਾਂ ਗਲੋਬ ਦੇ ਉੱਤੇ ਉੱਤਰੀ ਅਰਧ ਗੋਲਾ ਉੱਪਰ ਵਾਲੀ ਸਾਈਡ 80.4 ਅਕਸ਼ਾਂਸ਼ ਤੋਂ ਲੈ ਕੇ ਥੱਲੇ ਤੱਕ 370.6 ਅਕਸ਼ਾਂਸ਼ ਤੱਕ ਜੇਕਰ ਤੁਸੀਂ ਜੀਓਗ੍ਰਾਫੀ ਪੜ੍ਹੀ ਹੈ ਤੁਹਾਨੂੰ ਈਜ਼ੀਲੀ ਸਮਝ ਆ ਜਾਊ ਨਹੀਂ ਤੇ ਤੁਹਾਨੂੰ ਇਹ ਯਾਦ ਰੱਖਣਾ ਪੈਣਾ ਭਾਰਤ ਦੀ ਪ੍ਰਮੰਕਥੀਤਾ ਸਮੇਂ ਦਿਸ਼ਾਂਤ ਰੇਖਾ ਕਿੰਨੀ ਮੰਨੀ ਗਈ 820.3 ਪੂਰਬ ਭਾਰਤ ਦੀ ਥਲਸੀਮਾ ਦੀ ਲੰਬਾਈ ਕਿੰਨੀ ਹੈ ਥਲਸੀਮਾ ਮਤਲਬ ਧਰਤੀ ਜ਼ਮੀਨ 15200 ਕਿਲੋਮੀਟਰ ਤਾਂ ਇਹ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਹਿਸਟਰੀ ਤੇ ਜੀਓਗ੍ਰਾਫੀ ਦੋਨੇ ਹੀ ਜਿਹੜੇ ਕਵਰ ਕਰਵਾ ਦਿੱਤੇ ਨੇ ਇੰਪੋਰਟੈਂਟ ਕੁਐਸਚਨਾਂ ਦੇ ਵਿੱਚੋਂ ਭਾਰਤ ਦੀ ਥਲਸੀਮਾ ਲੰਬਾਈ 15200 ਪਾਰੇ ਦੀ ਤਟ ਰੇਖਾ ਦੀ ਲੰਬਾਈ 7516 ਕਿਲੋਮੀਟਰ ਸਾਰਕ ਦੇਸ਼ ਦੇਸ਼ਾਂ ਦਾ ਸੰਘ ਹੈ 8 ਦੇਸ਼ਾਂ ਦਾ ਜੇਕਰ ਤੁਹਾਨੂੰ ਸਾਰਕ ਦੇਸ਼ਾਂ ਬਾਰੇ ਪੁੱਛਿਆ ਜਾਵੇ ਜੋ ਕਿ ਏਸ਼ੀਆ ਦੇ ਵਿੱਚ ਜਿਹੜੀ ਇੱਕ ਜੂਨੀਅਨ ਬਣੀ ਹੋਈ ਹੈ ਸਾਰਕ ਦੇਸ਼ਾਂ ਦੇ ਨਾਂ ਤੋਂ ਤੁਸੀਂ 10th ਕਲਾਸ ਦੇ ਵਿੱਚ ਜ਼ਰੂਰ ਪੜ੍ਹੀ ਹੋਗੀ 8 ਦੇਸ਼ਾਂ ਦੀ ਸਾਰਕ ਦੇਸ਼ਾਂ ਦਾ ਸੰਘ ਬਣਿਆ ਹੋਇਆ ਹੈ ਪੰਜਾਬ ਦਾ ਖੇਤਰਫਲ ਕਿੰਨਾ ਹੈ 5362 ਵਰਗ ਕਿਲੋਮੀਟਰ 5000 सॉरी 50000362 50000362 ਇਹ ਆਪਣੀ ਜੀਓਗ੍ਰਾਫੀ ਦੇ ਪ੍ਰਸ਼ਨ ਆ ਗਏ ਗਲੋਬ ਤੇ ਪੰਜਾਬ ਦੇ ਵਿਧਕਾਰਾਂ ਦੀ ਸਥਿਤੀ 290.30 ਵਿਧਕਾਰ ਤੋਂ ਲੈ ਕੇ 320.32 ਸਾਊਥ ਸਾਈਡ ਖੇਤਰਬਾੜ ਕੋ ਪੰਜਾਬ ਭਾਰ ਦੇ 19 ਰਾਜਾਂ ਵਿੱਚੋਂ ਕਿੰਨੇਵੇਂ ਨੰਬਰ ਤੇ ਆਉਂਦਾ 20ਵੇਂ ਨੰਬਰ ਤੇ ਪੰਜਾਬ ਦਾ ਵਰਕ ਕਿਲੋਮੀਟਰ ਬਹੁਤ ਛੋਟਾ 20ਵੇਂ ਨੰਬਰ ਤੇ ਆਉਂਦਾ 29 ਰਾਜਾਂ ਦੇ ਵਿੱਚੋਂ ਫਰੀਦਕੋਟ ਜ਼ਿਲ੍ਹੇ ਦਾ ਨਾਮ ਕਿਹੜੇ ਸੂਫੀ ਸੰਤ ਨੇ ਰੱਖਿਆ ਬਾਬਾ ਫਰੀਦ ਜੀ ਲੁਧਿਆਣਾ ਸ਼ਹਿਰ ਕਿਹੜੇ ਵੰਸ਼ ਦੇ ਸ਼ਾਸਕਾਂ ਨੇ ਵਸਾਇਆ ਲੋਧੀ ਵੰਸ਼ ਲੋਧਿਆਣਾ ਜਿਹੜਾ ਵਾ ਉਹ ਲੋਧੀ ਵੰਸ਼ ਦੇ ਰਾਜਾਂ ਦੁਆਰਾ ਜਿਹੜਾ ਵਸਾਇਆ ਗਿਆ ਸੀ ਤਾਂ ਹੀ ਲੁਧੇ ਆਣਾ ਯਾਨੀ ਕਿ ਲੋਧੀਆਂ ਦੁਆਰਾ ਵਸਾਇਆ ਗਿਆ ਲੁਧਿਆਣਾ ਮੋਹਾਲੀ ਜ਼ਿਲ੍ਹਾ ਕਦੋਂ ਹੁੰਦ ਵਿੱਚ ਆਇਆ 2006 ਦੇ ਵਿੱਚ ਇਹ ਸੀ ਕਿ ਆਪਣੇ ਇੰਪੋਰਟੈਂਟ ਪ੍ਰਸ਼ਨ ਜੀਓਗ੍ਰਾਫੀ ਅਤੇ ਹਿਸਟਰੀ ਦੇ ਇਹ ਲੈਕਚਰ ਨੰਬਰ 2 ਪਾਰਟ 2 ਦੇ ਵਿੱਚ ਮੈਂ ਤੁਹਾਨੂੰ ਪੂਰੇ ਕਰਵਾ ਦਿੱਤੇ ਨੇ ਨੈਕਸਟ ਵੀਡੀਓ ਲਈ ਇੰਤਜ਼ਾਰ ਕਰੋ ਵੀਡੀਓ ਨੂੰ ਲਾਈਕ ਕਰਕੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ